ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਜਿਵੇਂ ਆਪਾਂ ਹਰ ਰੋਜ਼ ਕੁਛ ਨਾ ਕੁਛ ਨਵਾਂ ਸ਼ੇਅਰ ਕਰਦੇ ਹਾਂ, ਡਿਜ਼ਾਈਨਸ, ਹੈਂਡਵਰਕ, ਮਸ਼ੀਨ ਵਰਕ, ਸੋ ਅੱਜ ਜਿਹੜਾ ਕੰਸੈਪਟ ਹੈ ਇਹ ਬਿਲਕੁਲ ਡਿਫਰੈਂਟ ਹੈਗਾ। ਇਹ ਮੈਂ ਹੈਂਡ ਪੇਂਟ ਦੇ ਜਿਹੜੇ ਸੂਟ ਆ ਇਹ ਤੁਹਾਡੇ ਸਾਹਮਣੇ ਅੱਜ ਮੈਂ ਸ਼ੇਅਰ ਕਰੂੰਗੀ। ਸੋ ਇਹ ਜਿਹੜੇ ਹੈਂਡ ਪੇਂਟ ਹੈਗਾ ਇਹ ਬਹੁਤ ਹੀ ਨੀਟ ਐਂਡ ਕਲੀਨ ਹੋਇਆ ਹੋਇਆ, ਤੁਸੀਂ ਦੇਖੋਗੇ ਕਿ ਨੋਰਮਲ ਪੇਂਟ ਨਹੀਂ ਹੈਗਾ ਜਿਵੇਂ ਸਿੰਪਲ ਆਪਾਂ ਦੇਖਦੇ ਹੈਗੇ ਹਾਂ। ਸੋ ਇਹ ਜੋਰਜਟ 'ਤੇ ਬਣੇ ਹੋਏ ਆ, ਵੀ ਦੁਪੱਟਾ ਸੂਟ ਆ। ਅਗਰ ਤੁਸੀਂ ਇਹਦੀ ਔਰਡਰ 'ਤੇ ਬੁਕਿੰਗ ਕਰਦੇ ਹੋ ਤਾਂ 22-25 ਡੇਜ਼ ਆ ਮਿਨੀਮਮ। ਤੁਸੀਂ ਮੇਰੇ ਨਾਲ ਵਟਸਐਪ 'ਤੇ ਕੰਟੈਕਟ ਕਰ ਸਕਦੇ ਹੋ, ਔਰਡਰ ਕਰ ਸਕਦੇ ਹੋ। ਸੋ ਜਿਹੜੇ ਬਹੁਤ ਸਾਰੇ ਜਿਹੜੇ ਕਸਟਮਰ ਆ ਉਹ ਪੁੱਛਦੇ ਹੈਗੇ ਆ ਕਿ ਤੁਹਾਡਾ ਕੀ ਪ੍ਰੋਸੀਜਰ ਹੈਗਾ ਬੁਕਿੰਗ ਦਾ ਜਾਂ ਸੂਟ ਬਾਏ ਕਰਨ ਦਾ। ਸੋ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਵਟਸਐਪ ਨੰਬਰ ਮੇਰਾ ਹਰ ਇੱਕ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ, ਤੁਸੀਂ ਉੱਥੋਂ ਲੈ ਕੇ ਤੁਸੀਂ ਮੇਰੇ ਨਾਲ ਸਕਰੀਨਸ਼ੋਟ ਲੈ ਕੇ ਤੁਸੀਂ ਉਹਦੀਆਂ ਦੱਸ ਸਕਦੇ ਹੋ ਕਿ ਤੁਹਾਨੂੰ ਕਿਹੜਾ ਦੁਪੱਟਾ ਚਾਹੀਦਾ, ਕਿਹੜਾ ਸਟੱਫ ਚਾਹੀਦਾ। ਸੋ ਉੱਥੇ ਫਿਰ ਮੈਂ ਉਸਦੇ ਅਕੋਰਡਿੰਗ ਤੁਹਾਨੂੰ ਰੇਂਜ ਹੈ ਜਿਹੜੀ ਉਹ ਦੱਸ ਦੂੰਗੀ, ਔਰ ਅਕਾਊਂਟ ਦੇ ਵਿੱਚ ਪੇਮੈਂਟ ਹੋ ਜਾਂਦੀ ਹੈ ਔਰ ਮੈਂ ਤੁਹਾਡਾ ਜਿਹੜਾ ਕੰਮ ਆ ਉਹ ਸਟਾਰਟ ਕਰ ਦਿੰਦੀ ਹਾਂ ਜੀ। ਔਰ ਵਿਦ ਇਨ 15 ਡੇਜ਼ ਦੇ ਵਿੱਚ ਹੈ ਮਿਨੀਮਮ ਮਸ਼ੀਨ ਵਰਕ ਅਤੇ ਸੂਟ, ਹੈਂਡ ਦੇ 20 ਡੇਜ਼ ਦਾ। ਔਰ ਜੇ ਅੱਜ ਹੈਂਡ ਪੇਂਟ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਹ ਹੈਗੀ ਹੈ 20-25 ਡੇਜ਼ ਦਾ ਬੁਕਿੰਗ ਹੈ ਜੀ। ਸੋ ਇਹ ਜਿਹੜੀ ਲਾਈਟ ਚਾਰਟ 'ਤੇ ਬਣੀ ਹੋਈ ਹੈ ਜੀ, ਜਿਵੇਂ ਜੋਰਜਟ ਇਹ ਸਟੱਫ ਹੈਗਾ, ਇਹ ਮੇਨ ਅਸੀਂ ਜੋਰਜਟ 'ਤੇ ਹੀ ਬਣਾਉਂਦੇ ਹਾਂ। ਦੇਖੋ ਜੀ ਬਹੁਤ ਹੀ ਤੁਹਾਨੂੰ ਪ੍ਰਿੰਟਿੰਗ ਹੀ ਲੱਗੂਗੀ, ਪੇਂਟ ਨਹੀਂ ਲੱਗੂਗਾ, ਹੈਂਡ ਪੇਂਟ ਹੈ ਇਹ। ਔਰ ਜਿਹੜੇ ਜਿਵੇਂ ਬਰਡਸ ਹੈ ਬਿਲਕੁਲ ਓਰੀਜਨਲ ਦੀ ਤਰ੍ਹਾਂ ਲੱਗਦੇ ਹੈਗੇ ਆ, ਬਹੁਤ ਸਾਰੇ ਜਿਹੜੇ ਸ਼ੇਡਸ ਦਾ ਦੇ ਕੇ ਇਹਨਾਂ ਨੂੰ ਬਿਲਕੁਲ ਓਰੀਜਨਲ ਆ ਜਿਹੜਾ ਸ਼ੋ ਕੀਤਾ ਗਿਆ। ਸੋ ਇਹ ਹੈ ਜਿਹੜਾ ਇਹ ਸ਼ਰਟ 'ਤੇ ਦੇਖੋ, ਦੇਖੋ ਜਿਵੇਂ ਬਰਡ ਬਣਿਆ ਹੋਇਆ ਬਹੁਤ ਹੀ ਨੀਟ ਐਂਡ ਕਲੀਨ ਹੈ। ਸੋ ਦੇਖੋ ਫਲਾਰ ਆ ਜਿਹੜਾ, ਔਰ ਇੱਕ ਇਹਦੇ ਬਾਜੂ 'ਤੇ ਹੈਗਾ ਜੀ। ਮੇਨ ਆ ਜਿਹੜਾ ਇਹਦਾ ਦੁਪੱਟਾ ਅਸੀਂ ਜ਼ਿਆਦਾ ਹੈਵੀ ਰੱਖਿਆ ਹੋਇਆ ਜੀ। ਸ਼ਰਟ ਆ ਜਿਹੜਾ ਉਹ ਥੋੜ੍ਹਾ ਲਾਈਟ ਹੁੰਦਾ ਸ਼ਰਟ 'ਤੇ, ਜੋ ਸੂਟ 'ਤੇ ਵਰਕ ਹੈਗਾ ਇਹ ਦੇਖੋ ਜੀ। ਦੁਪੱਟੇ 'ਤੇ ਬਹੁਤ ਹੀ ਵਧੀਆ ਇਹਦੀ ਗਰੇਸ ਹੈਗੀ ਆ, ਇਹ ਔਰਗੈਂਜ਼ਾ ਦਾ ਦੁਪੱਟਾ ਲਾਇਆ ਹੋਇਆ ਇਹਦੇ ਨਾਲ, ਸਾਰਾ ਬਾਰਡਰ ਬਣਿਆ ਹੋਇਆ ਜੀ। ਦੇਖੋ ਅਸੀਂ ਇਹਨੂੰ ਹਜੇ ਕੱਟਵਰਕ ਦੇਣਾ ਹੈਗਾ, ਕੋਈ ਵੀ ਸ਼ੇਡ ਦਾ ਇਹਨੂੰ ਸਾਈਡਸ 'ਤੇ ਕੱਟਵਰਕ ਦੇਵਾਂਗੇ। ਦੇਖੋ ਜਿਹੜਾ ਬਰਡ ਹੈਗਾ ਇਹ ਬਹੁਤ ਹੀ ਓਰੀਜਨਲ ਲੱਗਦਾ ਜੀ, ਔਰ ਹੈਂਡ ਨਾ ਕਰਨਾ ਸੌਖਾ ਨਹੀਂ ਹੈਗਾ। ਸੋ ਥੋੜ੍ਹੇ ਇਸੇ ਚੀਜ਼ ਨਾਲ ਕਿ ਇਹ ਜਿਹੜੇ ਬਹੁਤ ਹੀ ਵਧੀਆ ਕਾਰੀਗਰ ਤੋਂ ਬਣੇ ਹੋਏ ਹੈ, ਸੋ ਇਹ ਚੀਜ਼ ਥੋੜ੍ਹੀ ਕੋਸਟਲੀ ਵੀ ਹੋ ਜਾਂਦੀ ਹੈ। ਸੋ ਇਹਦੀ ਓਵਰਆਲ ਫਿਨਿਸ਼ਿੰਗ ਹੈ, ਸਟੱਫ, ਦੁਪੱਟਾ ਵਿਦ ਇਹ ਜਿਹੜੇ ਕੰਪਲੀਟ ਸੂਟਾਂ ਦਾ ਜਿਹੜਾ ਤੁਸੀਂ ਤੁਹਾਨੂੰ ਮਿਲ ਸਕਦੇ ਆ ਇੱਥੋਂ। ਸੋ ਇਹ ਦੇਖੋ ਓਵਰਆਲ ਆ ਜਿਹੜੀ ਇਹਦੀ ਬਹੁਤ ਹੀ ਪਿਆਰਾ ਇਹ ਪੀਸ ਹੈਗਾ। ਔਰ ਨੈਕਸਟ ਆ ਜਿਹੜਾ ਇਹਦਾ ਸ਼ੇਡ ਹੈਗਾ ਜੀ, ਜਿਹੜਾ ਇਹ ਬਿਲਕੁਲ ਸਹੀ ਆ ਰਿਹਾ ਜੋ ਕੈਮਰੇ ਦੇ ਵਿੱਚ ਦਿਖ ਰਿਹਾ ਤੁਹਾਨੂੰ, ਇਹ ਦੇਖੋ ਜੀ ਇਹ ਪੀਚ ਬੇਜ ਜਿਹਾ ਸ਼ੇਡ ਹੈਗਾ, ਔਰ ਬਹੁਤ ਹੀ ਪਿਆਰੇ ਜੀ ਇਹਦੇ 'ਚ ਵੀ ਫਲਾਰ ਹੈ। ਪੂਰਾ ਇਹ ਜਿਹੜਾ ਫਰੰਟ 'ਤੇ ਹੈ ਇਹ ਉੱਪਰ ਤੱਕ ਹੈ, ਇਹਦੇ ਬਾਜੂ 'ਤੇ ਦਿੱਤਾ ਹੋਇਆ ਜੀ। ਇਹਦਾ ਜਿਹੜਾ ਦੁਪੱਟਾ ਹੈਗਾ ਜੀ ਇਹ ਟੈਬੀ 'ਤੇ ਬਣਿਆ ਹੋਇਆ, ਔਰ ਤੁਸੀਂ ਇਸ ਦੇ ਦੁਪੱਟੇ ਦੀ ਗਰੇਸ ਦੇਖੋਗੇ, ਇਹ ਜਿਹੜਾ ਪੇਂਟ ਨਾਲ ਹੀ ਅਸੀਂ ਇਹਨੂੰ ਆ ਡਾਰਕ ਸ਼ੇਡ ਦਿੱਤਾ ਹੋਇਆ। ਦੇਖੋ
ये भी बहुत हैवी है, दुपट्टे ते पेंट होया होया। सो ये ते है जेड़ा दुपट्टा बहुत हैवी बनया होया है। ये देखो बिच दे पैरेट बने हुए है, टैबी ते है दुपट्टा जी। और जेड़ा ये येलो कॉर्नर दिख रहा है भी है ऑलरेडी पेंट किया हुआ। सो ये सूट है जेड़े ये स्पेशली ऑर्डर ते तैयार होंगे है। सो जिमें भी तुम्हें पसंद आते हैं तो तुम मैं वट्सएप पर कंटैक्ट कर सकते हो, डिस्क्रिप्शन बॉक्स के मेरा नंबर होगा जी। ये जी क्रेज आ बहुत ही हैवी है, और तुम पेन देखो जी का। सो बहुत ही ग्रेसफुली बनया हुआ, तो जरूर दस्यो जी किवें लग रहे हैं, लगे थानू अज वाले पेंट वाले सूट। और जो तुम मेरे चैनल पर नवे हो तो सबसक्राइब जरूर करो, एक लाइक जरूर कराया करो। सो वीडियो देखने लिए बहुत बहुत थैंक्स जी, बने रहो मेरे चैनल बी स्टाइल। थैंक यू सो मच।